ਤੇ ਐਂਕੋ ਇਹਦੇ ਕਿਹੜੀ ਜਾ ਬਿਮਾਰ ਪਈ ਹੈ ਬਾਈ ਆਟਾ ਮੈਂ ਘਟਾ ਤੂੰ ਸਾਗ ਪੁੱਟਿਆ ਦਰਾਗ ਕੇ ਬਿਮਾਰ ਹੈ ਬਾਕੀ ਜੀ ਬਿਮਾਰ ਇਹ ਪੰਗਰ ਆ ਜਾਣੇ ਆ ਜਾਈ ਅਕੇ ਮੈਂ ਸੁੱਤਾ ਪਿਆ ਉਸ ਨੂੰ ਆਖ ਤੇ ਇਹਦਾ ਬੁਖਾਰ ਨਹੀਂ ਕਰ ਕਰ ਜ਼ਕਰੀ ਆਦਾ ਇਹ ਸਾਰੀ ਅੰਮਾ ਹੈ ਜੋ ਕਵਾ ਸ਼ਵਾ ਤੇ ਚਾਹ ਇਸੇ ਪਕਾਉਣੀ ਹੈ ਤੈ ਪਕਾਉਣੀ ਹੈ ਨਾ ਤੈਨ ਦਾਂ ਦੀ ਹੈ ਹਾਂ ਅਸਲਾਮ ਵਾਲੇਕੁਮ ਦੱਸੋ ਕੀ ਹਾਲ ਹੈ ਠੀਕ ਹੋ ਜੀ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਾਸਿਰ ਤੁਸਾਂ ਦੇ ਪਿਓ ਨਾਗਨੀ ਟੀਵੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹੀ ਗੁਜ਼ਾਰਿਸ਼ ਕਿ ਅਗਰ ਤੁਸੀਂ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰੋ ਜੀ ਦੋਸਤੋ ਅੱਜ ਦੀ ਵੀਡੀਓ ਇੱਕ ਸਾਰਾ ਟਿਕਟੋਕ ਸਟਾਰ ਬਿਮਾਰ ਹੋ ਚੁੱਕਾ ਹੈ ਅਤੇ ਕਿਉਂ ਅੱਜ ਤੀਜਾ ਡੀ ਅਸਾਂ ਫੋਨ ਕਰ ਕਰ ਥੱਕੇ ਖਲਿਆ ਮੈਂ ਬੁਖਾਰ ਹੈ ਮੈਂ ਸਿਰਕੀ 'ਚ ਪਿਆ ਮੇਰਾ ਸਿਰ ਦੁਖਦਾ ਤਾਂ ਅਸਾਂਗੇ ਚਲੋ ਯਾਰ ਅੱਜ ਟਾਈਮ ਜੋ ਹੈ ਸਾਰੇ ਕੋਲੋਂ ਟਾਈਮ ਫਿਲਹਾਲ ਡਰਾਮੇ ਸ਼ੂਟ ਕਰਦੇ ਪਿਆ ਅਤੇ ਪਹਿਲੇ ਉਸਦੇ ਪੁੱਛਣ 'ਤੇ ਬਹਿੰਦੇ ਹਾਂ ਅਤੇ ਨਾਲ ਤੁਹਾਨੂੰ ਵੀ ਦਿਖਾਉਂਦੇ ਹਾਂ ਜਣੇ ਦੇ ਹਾਲਾਤ ਠੀਕ ਹੈ ਨਾ ਬਹਿੰਦੇ ਹਾਂ ਅੱਗੋਂ ਸਟੂਡੀਓ 'ਚ ਸਾਰੇ ਬੰਦੇ ਇੰਤਜ਼ਾਰ ਕਰਦੇ ਪੈਣ ਉਹਨਾਂ ਕੋਲ ਫਿਰਦੇ ਹਾਂ ਅਤੇ ਬਾਅਦ ਸਿੱਧਾ ਜ਼ਕਰੀਆ ਦੇ ਜੀ ਨਾਜ਼ਰੀਨ ਇਹ ਸਾਡਾ ਸਟੂਡੀਓ ਪੁਰਾਣਾ ਸਟੂਡੀਓ ਸਾਲਾਂ ਤੋਂ ਇਹ ਵੀਰਾਨ ਅਤੇ ਅਸਾਂ ਹੀ ਵੀਰਾਨ ਅਤੇ ਸਾਡੇ ਜਨਾਬ ਵੈਕਟਰ ਆਉਣਾ ਵੀਰਾਨ ਅਤੇ ਕੈਮਰਾਮੈਨ ਵੀਰਾਨ ਅਤੇ ਇਹ ਕੈਮਰਾਮੈਨ ਸਜਾਦ ਅਸਲਮ ਸਾਹਿਬ ਮਲਕ ਸ਼ਰਾਜ ਸਾਹਿਬ ਸ਼ਰਾਜ ਸਾਹਿਬ ਨੂੰ ਦੱਸੋ ਬਾਈ ਸ਼ਰਾਜ ਸਾਹਿਬ ਪੰਜ ਦੀ ਕੰਮ ਤੇ ਰਹਿੰਦਾ ਇੱਕ ਦੀ ਆਉਂਦਾ ਤਾਂ ਡਰਾਮਾ ਬੜਾਓ ਇਹ ਬਾਈ ਸਜਾਦ ਅਸਲਮ ਹਾਂ ਬਾਈ ਤਿਆਰੀ ਹੈ ਜੀ ਆਸਾ ਤਾਂ ਤਿਆਰ ਬੈਠਿਆ ਪਰ ਇਹ ਤਾਂ ਨਾਸ਼ਤਾ ਹੀ ਕਹਿਣੀ ਕੀਤਾ ਬਾਈ ਉੜਾਈ ਵੀ ਤਾਂ ਪੁੱਛਣੇ ਤੇ ਕੋਈ ਹੈ ਉਹ ਆਦਾ ਮੇਰੇ ਘਰ ਚਾਹ ਹੀ ਕੋਈ ਨਹੀਂ ਦੇ ਅਸਾਂ ਕਵੇ ਤੇ ਹੀ ਗੁਜ਼ਾਰਾ ਕਰ ਵੇਦਾ ਚਲੋ ਆਸਾਂ ਨਿਕਲਦੇ ਆ ਇਹ ਬਾਈ ਸਾਰਾ ਕੀ ਆਦਨ ਸਪੋਰਟਰ ਐਕਟਰ ਮਲਿਕ ਮੁਜ਼ੱਫਰ ਸਾਹਿਬ ਇਹਨੇ ਸਾਰੇ ਡਰਾਮੇ 'ਚ ਕੰਮ ਕਰਦੇ ਪੈਣ ਸਾਰੇ ਨਾਲ ਰੱਤਾ ਬੋਛਣਾ ਇਹਨਾਂ ਨੂੰ ਆਖਿਆ ਸੀ ਤੂੰ ਗਰੂ ਗੇਨ ਕਿਆ ਗਰੂ ਗੇਨ ਕਿਆ ਮੈਂ ਜਹਾਨ ਜਨਾਨੀ ਵਾਸਤੇ ਲੋੜ ਤੂੰ ਤਿਆਰੀ ਸ਼ਾਰੀ ਮਲਿਕ ਮਾਰ ਯਾਦ ਆ ਮੈਂ ਕੱਪੜੇ ਅਤੇ ਇਸਤਰੀ ਕਰਦਾ ਪਿਆ ਦਾਹ ਦੋ ਕੇ ਡਰਾਮੇ ਜ਼ਿਆਦਾ ਮੈਂ ਆ ਕੇ ਬਣਨਾ ਜਨਾਨੀ ਮੂੰਹ ਹੀ ਨਹੀਂ ਦਿਖਾਉਣਾ ਬਣਨਾ ਸ਼ਰਾਜ ਦੀ ਜਨਾਨੀ ਇਹ ਵੀ ਦੇ ਗਏ ਨੇ ਜੀ ਨਾਜ਼ਰੀਨ ਕਾਫਲਾ ਰਵਾਂ ਦਵਾਂ ਤੁਸੀਂ ਦੇ ਪਿਓ ਸ਼ਰਾਜ ਅਤੇ ਕੈਮਰਾਮੈਨ ਸਾਡੇ ਤਿਆਰ ਹੋ ਚੁੱਕੇ ਹਨ ਅਤੇ ਅਸਾਂ ਫਿਲਹਾਲ ਬਣੇ ਵਾਦੇ ਹਾਂ ਪੁੱਛਣ ਵਾਲੀ ਟੀਮ ਜਿਹਦਾ ਪੁੱਛਣਾ ਹੋਵੇ ਕੋਈ ਫੋਤਗੀ ਹੋਵੇ ਕੋਈ ਫਤ ਸ਼ਾਤ ਆਖਣਾ ਹੋਵੇ ਕਮੈਂਟ ਸਾਨੂੰ ਐਡਰੈਸ ਦਿਓ ਅਸਾਂ ਇਨਸ਼ਾਅੱਲਾ ਫੀਸ ਹਬੀ ਲੀਲਾ ਪਹੁੰਚੇ ਸਾਂ ਠੀਕ ਹੈ ਨਾ ਕਿਵੇਂ ਸ਼ਰਾਜ ਅਲੀ ਅੱਜ ਕੱਲ੍ਹ ਸਾਡੇ ਹਾਲਾਤ ਹਾਂ ਅਸਾਂ ਸਿਰਫ ਸਵਾਬ ਕਮਾਉਣ ਦੇ ਚੱਕਰਾਂ 'ਚ ਤੁਰੇ ਹੋਏ ਹਾਂ ਹੋਰ ਸਾਰੇ ਸ਼ਾਦੇ ਕੋਲ ਕੰਮ ਸ਼ਾਮ ਕੋਈ ਨਹੀਂ ਸਾਨੂੰ ਦੱਸਣਾ ਲਾਜ਼ਮੀ ਹੈ ਠੀਕ ਹੈ ਨਾ ਜੀ ਨਾਜ਼ਰੀਨ ਅਸਾਂ ਜ਼ਕਰੀ ਦੇ ਘਰ ਪਹੁੰਚ ਗਏ ਹਾਂ ਸਭ ਤੋਂ ਪਹਿਲੇ ਵੈਲਕਮ ਜ਼ਕਰੀ ਦੀ ਚੌਕੀ ਤੇ ਔਰ ਚੌਕ ਹੈ ਕਿਆ ਦਿਨ ਕੋਚ ਜ਼ਕਰੀ ਦੀ ਕੋਚ ਇਹ ਜ਼ਕਰੀ ਦੇ ਘਰ ਇਹ ਬੂਹੇ ਖੜੇ ਕਹਿੰਦੇ ਹਾਂ ਜ਼ਕਰੀ ਨੂੰ ਪਤਾ ਕੌਣ ਹੈ ਤੁਹਾਨੂੰ ਦੱਸਾਂ ਨਹੀਂ ਅੱਜ ਠੀਕ ਹੈ ਨਾ ਦੇਖ ਹੁਣ ਕਿਹੜਾ ਕੌਣ ਨਿਕਲਦਾ ਜਨਾਬ ਅਸਾਂ ਮੈਂ ਪੁੱਛਣੇ ਤਾਂ ਸਪੈਸ਼ਲ ਜਣੇ ਨਾ ਮੇਸ ਨਾ ਮਾਰ ਅਸਾਂ ਰਿੱਠੀ ਖਾ ਲਿਆ ਮੇਸ ਮਾਰੀ ਪਿਆ ਤੂੰ ਗੱਭਰੂ ਸਾਹਿਬ ਲਾ ਮੇਸ ਮਾਰਾ ਸੀ ਉਹ ਹਾਂ ਘਰ ਵਾਲੇ ਨੂੰ ਸਾਈਡ ਦੇ ਆਓ ਬਾਈ ਨਜ਼ਰੀਨ ਭਾਈ ਦੇਖਦੇ ਹੋ ਜ਼ਕਰੀਆ ਦਾ ਘਰ ਜਣਾ ਸਨ ਦੇਖ ਕੇ ਮੈਸ ਮਾਰ ਗਏ ਪਹਿਲੇ ਪੀ ਆਈ ਜਾਗਦਾ ਕਿਵੇਂ ਹੋ ਨਹੀਂ ਫਿਰ ਤਾਂ ਕਹਿਣ ਆਖਣਾ ਇਹਦੀ ਕਿਹੜੀ ਜਾ ਬਿਮਾਰ ਪਈ ਹੈ ਬਾਈ ਕੱਲ ਤੂੰ ਪੂਰਾ ਸ਼ਾਰ ਫੇਰਾ ਹੈ ਅੱਜ ਵੱਲੇ ਤੂੰ ਫੋਂਗਾ ਹੈ ਤੂੰ ਸਾਗ ਪੁੱਟਿਆ ਨਹੀਂ ਕੀ ਤੈਨ ਕੀ ਬੁਖਾਰ ਕਿਤਨੇ ਟੀਕੇ ਲਵਾਏ ਟੀਕਾ ਲਾ ਕੋਲੇ ਲਵਾਏ ਬਾਤ ਕਿਸ ਕੇ ਦੋਨ ਬਖਾ ਦੇ ਤੈਨ ਕਸਮ ਡਾੜਾ ਆਪ ਉਸ ਨੇ ਝਵਾਇਆ ਜੀ ਗਿਆ ਅਗੇ ਧਾਕਿਆ ਮੈਂ ਬਖਾ ਦੇ ਬੀ ਅਲੀ ਜਾ ਕੇ ਨਹੀਂ ਬਾਤ ਇਹ ਬੈ ਜਾ ਕੇ ਸ਼ਿਰਕੀ
गर्मी तो है धुप डाडी अच्छा फिल्म ने तो भी आई देख असा कॉल करा उन देंदा चौक बहु डाडा पे है बहु डाडा इस नु निके नु हां ने मन तो नहीं लगदा फिर याद बाबा ओए कसम खुदा दी ठड्डे आते बा देख हां कल आसन आज तक कोने आज तक ब्लेंडर पे आई सुस्ती जा रही है क्या दे जाके अब जान क्या दाई ना उनु निकन बुला ने क्या दाई हां आ दाई आके मैं सुता पिया उस नु आके ना बुखार नहीं कर कर आज भाई तू क्यों भाना मारे वो तो काल चढ़ गया काल वाली गाल गई आज अली तू डाल भाई आज बात है जी हां चार बंदे बैठे हैं घंटे दे उठे भाई मलुक जकरिया मलुक जकरिया मलुक जकरिया फिल्म दे मतरूफ है भाई पुरानी गल्ला बात सुनानी हां आज फिर वाकया ये तू ना दे तो नहीं दे और तक सामान क्यों यार आज आई तो मारू आज दस ही काल दस है बस आंदे पे ਇਸ ਨੰਬਰ ਸ਼ੰਬਰ ਬੰਦ ਕੀਤੇ ਨਾ ਆ ਜਾਣਾ ਦੱਸਣ ਤੋਂ ਬਗੈਰ ਆਇਆ ਹਾਂ ਹਾਂ ਚਾਹ ਪਕਾ ਚਾਹ ਨਹੀਂ ਕਵਾ 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 ਚਾਹ ਵੀ ਚਾਹ ਉਹਦੇ ਹਾਂ ਸਾਹ ਵੀ ਚਾਹ ਸਾਹ ਵੀ ਚਾਹ ਦਾ ਸਾਹ ਵੀ ਚਾਹ ਉਹਨਾਂ ਕਿਰੂ ਕਿਨਾ ਕਾਲੀ ਹਾਂ ਜੇ ਸਿੱਧਾ ਹੋਵੇ ਕਾਲੀ ਦਾ ਕਾਲੀ ਦਾ ਆ ਨਾ ਖਾਇ ਰੇ ਕਵਾ ਪੀਨੇ ਉਹਨੇ ਪਕੇ ਦੀ ਕਵਾ ਹਾਂ ਇਹ ਸਾਡੀ ਮਾਂ ਪਕੇ ਦੀ ਹਾਂ ਇਹ ਪਕੇ ਦੀ ਹਾਂ ਵਾਹ ਭਾਈ ਵਾਹ ਇਹ ਭਾਈ ਜ਼ਕਰੀਆ ਦੇ ਭਣਿਆ ਹੈ ਉਹ ਇਹ ਭਾਈ ਜ਼ਕਰੀਆ ਦੇ ਭਣਿਆ ਲੇਕਿਨ ਜ਼ਕਰੀਆ ਆਦਾ ਇਹ ਸਾਰੀ ਅੰਮ ਹੈ ਜੋ ਕਵਾ ਸ਼ਵਾ ਤੇ ਚਾਹ ਇਸੇ ਪਕਾਉਣੀ ਹੈ ਤੈ ਪਕਾਉਣੀ ਹੈ ਨਾ ਤੈ ਡਾਂਦੀ ਹੈ ਹਾਂ ਹੁਣ ਦੇਗੜੀ ਨਹੀਂ ਸਲਾਦੀ ਭਾਈ ਦੇਗੜੀ ਮੈਂ ਲਾ ਦੇਣਾ ਭਾਈ ਹਾਂ ਭਰ ਲਈ ਕੀ ਤੈ ਪੂਰੇ ਮਹੱਲੇ ਦਾ ਕਵਾ ਪਕਾਉਣਾ ਹੈ ਹਾਂ ਵਾਹ ਭਾਈ ਵਾਹ ਨਜ਼ਰੀਨ आए खलियाँ जकरिए दिखा तुम दे पे छोटे जे माहौल देहात का जो सादा कि होंगे तो जकरिए कोठे ही माशाल्लाह पाया है लेकिन शादी वाले ख्वाब ख्याल कौन जने ठीक है ना तो सू कोठा दिखाने जकरिए का ठीक है ना जिते समझ भी है उन्हें ये नाल बहु सारे रहा ना ये भाई नजरीन जकरिए कोठा बूह जकरिए बूह तो समझा है हाँ हाँ जकरिया बूह तो समझ है अच्छा भाई ये लेकिन ये वे भाई की जा जकरिया दिखी असा कोठी पानी ये आली किमें जकरिया हाँ हाँ इत ते जकरिया नाल आया जकरिया अल्लाह ही गवांडी है ना नाल पर मस्जिद दे माशाल्लाह भाई तुसा नजरीन हुन सपोर्ट करनी है जकरी दी कोठी असा डेढ़ साल ही मुकम्मल करके देवनी दे घर वाले नु किवें जकरिया डेढ़ साल है लेकिन जड़ा भाना ते त्रीजे नी दु पे इन्या डेढ़ साल ही थी हां हां ये खवाए च सवेरे आदा पे हेलो यार अगे नहीं धांदा यार सारे उठ सियाल लेदा अच्छा सियाल नहीं धावण चोंदा सियाल नहीं धावण पजा गर्मी धांदा हां गर्मी पे ही न बात आदा अच्छा नाजरीन एक होर मसला थी कल है ना बहु सारा हूँ अस आया कर ड्रामे शूटिंग हूँ जने ना दे पा वहां हाथ मुँह धोआ जना आ ये काम मैं नहीं करना हाँ वहां हाँ धोना है ओ अम्मा कितनी देर है कवे च दस हाँ अम्मा दस कितनी देर है छप तो ही है हाँ मिठा थोड़ा खाते ही ना तो सब मुंह ही सारा चमड़ा ही है हाँ जकरिया भाई तैयार हो गया था बैठा बैठा देख है शेर ही तैयार होने ना हाँ अम्मा अपने आ कोठी दे ओ फिर वैसी आ कवा हाँ ए प्याला अच्छा ਕਿ
ਮੈਂ ਚਾਹ ਗਿਆ ਕਿਉਂ ਆਪਣੇ ਘਰਿਆ ਪੀ ਸਕਦੇ ਆ ਪੀ ਬਜਰੋ ਨਾਜ਼ਰੀਨ ਜਿਹਨੇ ਮਸੇ ਰਾਜ਼ੀ ਕੀਤਾ ਸੀ ਹੱਥ ਮੂੰਹ ਧੋਣ ਤੇ ਆਦਾ ਹੀ ਬਈ ਜੇ ਮੈਨੂੰ ਤੁਸਾਂ ਧਵਾਉਣਾ ਤਾਂ ਮੈਂ ਕੌਣ ਆ ਸਾਂ ਦੇਖਣ ਵਾਲੋ ਇਹ ਬਈ ਨਿੱਕੀ ਜਿਹੀ ਸ਼ਾਵਰ ਹੈ ਜ਼ਕਰੀਏ ਦੀ ਧਾਂਦਾ ਹੀ ਥਈ ਇਹ ਬਾਗ ਦੇਖੋ ਇਹ ਕੋ ਸੁਖਾਨ ਹੈ ਹਾਂ ਬ੍ਰਜੀਲ ਹੋ ਗਿਆ ਤੇ ਮਾਰਾ ਮਿਹਨਤਕਾਰ ਇਨਸ਼ਾਅੱਲਾ ਤੇਰੀਆਂ ਕੋਠੀਆਂ ਆਸੇ ਨੱਲਾ ਦਾ ਬੰਦਾ ਕਿਵੇਂ ਨਾਜ਼ਰੀਨ ਹੈ ਦੇਖਣ ਹਾਂ ਸ਼ੇਰ ਤਿਆਰ ਹੋ ਗਿਆ ਵਾਲਾ ਤੇ ਤਾਂ ਮਾਰ ਵਾਲਾ ਤੇ ਕਹਿਰ ਗਰੀ ਬਜੀ ਗਈ ਹਲਾਲ ਹੋ ਗਈ ਹਾਂ ਨਹੀਂ ਨਹੀਂ ਸੀਣ ਸੀਣ ਕੱਢ ਹਾਂ ਹਾਂ ਆ ਸ਼ਰਾਬ ਤੇ ਤੇਰੀ ਜ਼ਨਾ ਨਹੀਂ ਬਣਨਾ ਹੈ ਸੀਣ ਸੀਣ ਜ਼ਨਾ ਨਹੀਂ ਬਣਦੇ ਹੋ ਹਾਂ ਮੈਂ ਬਾਹਰ ਆ ਲਾ ਤੂੰ ਤੂੰ ਜ਼ਨਾ ਇਹ ਦੇਖ ਭਾਈ ਕੱਗੀ ਕੀ ਆ ਅੱਛਾ ਕੱਗਣ ਕੱਢੇ ਦਾ ਪੇ ਕੱਢੇ ਦਾ ਪੇ ਨਦਰੀਨ ਭਾਈ ਜਣਾ ਛੋੜ ਕੱਗਾ ਕੱਢੇ ਦਾ ਪੇ ਇਹ ਇਹ ਐ ਲਾ ਪੇ ਹੈ ਵਾਹ ਭਾਈ ਵਾਹ ਵਾਹ ਭਾਈ ਵਾਹ ਤਿਆਰ ਹੋ ਗਿਆ ਬਈ ਛੋਰ ਇਹ ਤਾਂ ਕੋਣ ਆਈ ਦੇਰ ਇਤਨੀ ਇਹ ਦੇਰ ਕੋਣ ਆਈ ਇਹ ਬਈ ਜ਼ਕਰੀ ਦਾ ਵਿਚਾਰ ਲੈ ਲੈ ਫਿਰ ਆਏ ਮਲੋਕ ਰਮਜ਼ਾਨ ਆਸ਼ਿਕ ਮਿਜ਼ਾਜ ਆਸ਼ਿਕ ਹਾਂ ਕਿਵੇਂ ਜ਼ਕਰੀਆ ਕਿਹੜਾ ਪੁੱਲੀ ਤੇ ਖੜੋ ਜੀ ਪੁੱਲੀ ਤੇ ਖਲੋਂਦਾ ਗੈਰ ਆਰਾਮ ਦੇ ਦੇ ਆਨ ਡਿਊਟੀ ਆਨ ਡਿਊਟੀ ਆ ਡਿਊਟੀ ਵਾਲਾ ਡਿਊਟੀ ਹੋਣੀ ਚਾਹੀਦੀ ਹੈ ਨਾ ਹਾਂ ਡਿਊਟੀ ਹੋਣੀ ਚਾਹੀਦੀ ਭਾਈ ਕਮਾਣੀ ਮਾਰੇ ਪਿਟਿਆ ਯਾਰ ਨੂੰ ਕੋਈ ਖਰਾਬ ਆਨੇ ਵਾ ਨੁਕਸਾਨ ਦੇ ਸਰ ਚਲੋ ਭਾਈ ਚਲੋ ਭਾਈ ਚਲੋ ਭਾਈ ਨਿਕਲੋ ਭਾਈ ਆ ਜੀ ਨਾਜ਼ਰੀਨ ਮਿਸ਼ਨ ਸਕਸੈਸਫੁਲ ਹੋ ਗਿਆ ਜਣਾ ਸਾ ਕਾਢਾਂ ਦਾ ਪੀਆਈ ਗਾਰ ਵਿੱਚ ਤੁਸੀਂ ਨਿੱਠੇ ਅਸਲਾਮ ਅਲੈਕੁਮ ਕੀ ਹਾਲ ਹੈ ਭਾਈ ਇਹ ਡੇੜੇ ਜ਼ਕਰੀਆ ਤੇਰੇ ਸਾਹਮਣੇ ਖਲੋਂਦਾ ਹੈ ਜ਼ਕਰੀਆ ਮਾਲਟੇ ਖਾਵੇ ਤੇ ਜ਼ੁਕਾਮ ਥੀ ਵੇ ਜ਼ੁਕਾਮ ਥੀ ਵੇ ਨਾ ਆ ਜੀ ਨਾਜ਼ਰੀਨ ਆ ਸੁਣ ਵੈਨਿਆ ਆ ਬਿੰਡ ਡਰਾਮੇ ਸ਼ਰਾਮੇ ਸ਼ੂਟ ਕਰੇ ਨੇ ਜਿਹੜੇ ਕਰਨੇ ਨੇ ਠੀਕ ਹੈ ਨਾ ਤੇ ਜ਼ਕਰੀਆ ਆਖਰ ਦੇ ਹਾਜ਼ਰ ਰਹੋ ਨਾ ਟੀਵੀ ਦੇ ਰਹੋ ਵਸਦੇ ਰਹੋ ਕਹਾਂ ਕਹਾਂ ਦੇ ਰਹੋ ਅੱਲਾ ਦੇ ਹਵਾਲੇ ਬਾਏ ਬਾਏ